ਜੀ ਸੋ ਇਸ ਲੈਸਨ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਕਿ 4x ਦੇ ਵਿੱਚ ਜਿਹੜੇ ਆਰਡਰਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਨਾਰਮਲੀ ਜਿਨ੍ਹਾਂ ਤੋਂ ਮਾਰਕੀਟ ਦੇ ਵਿੱਚ ਐਂਟਰ ਜਾਂ ਐਗਜ਼ਿਟ ਹੋ ਹੁੰਦੇ ਆ ਆਪਾਂ ਉਹਨਾਂ ਆਰਡਰਸ ਨੂੰ ਕਿੰਨੀਆਂ ਵੈਰਾਈਟੀਆਂ ਦੇ ਵਿੱਚ ਵੰਡ ਸਕਦੇ ਆ ਤੇ ਕਿੱਦਾਂ-ਕਿੱਦਾਂ ਦੇ ਆਰਡਰ ਹੁੰਦੇ ਆ ਜਿਹੜੇ ਸਾਨੂੰ ਲੌਂਗ ਟਰਮ ਦੇ ਵਿੱਚ ਟਰੇਡਿੰਗ ਦੇ ਜਾਨਣਾ ਬਹੁਤ ਜ਼ਰੂਰੀ ਆ ਮੇਨਲੀ ਜਦੋਂ ਆਪਾਂ ਆਰਡਰਸ ਦੀ ਗੱਲ ਕਰਦੇ ਇਹਨਾਂ ਦੇ ਵਿੱਚ ਦੋ ਤਰੀਕੇ ਨਾਲ ਤਾਂ ਪਹਿਲਾਂ ਸਿੰਪਲੀ ਅਸੀਂ ਜਿਹਨੂੰ ਡਿਵਾਈਡ ਕਰ ਸਕਦੇ ਆ ਇੱਕ ਹੁੰਦਾ ਮਾਰਕੀਟ ਆਰਡਰ ਮਾਰਕੀਟ ਆਰਡਰ ਉਹ ਹੁੰਦਾ ਜਿਹੜਾ ਤੁਸੀਂ ਕਰੰਟਲੀ ਟ੍ਰੇਡ ਕਰਦੇ ਪਏ ਆ ਤੇ ਤੁਸੀਂ ਆਰਡਰ ਨੂੰ ਪਲੇਸ ਕਰਦੇ ਆ ਉਹਨੂੰ ਕਹਿੰਦੇ ਬਾਏ ਜਾਂ ਸੈਲ ਅਸੀਂ ਬਾਏ ਕਰ ਲਈ ਜਾਂ ਕੋਈ ਚੀਜ਼ ਜਾਂ ਸੈਲ ਕਰਤੀ ਕੋਈ ਚੀਜ਼ ਅਸੀਂ ਉਹ ਕਰੰਟ ਮਾਰਕੀਟ ਸਟੇਸ਼ਨ ਦੇ ਹਿਸਾਬ ਨਾਲ ਕੀਤੀ ਆ ਜਿਹੜਾ ਦੂਜਾ ਟਾਈਪ ਆਰਡਰ ਦਾ ਹੁੰਦਾ ਆ ਉਹਨੂੰ ਕਹਿੰਦੇ ਹੁੰਦੇ ਆ ਪੈਂਡਿੰਗ ਆਰਡਰ ਪੈਂਡਿੰਗ ਆਰਡਰ ਉਹ ਹੁੰਦੇ ਆ ਜਿਹੜੇ ਆਰਡਰ ਅਸੀਂ ਆਟੋਮੇਸ਼ਨ ਦੇ ਨਾਲ ਲਾਉਨੇ ਆ ਆਟੋਮੇਸ਼ਨ ਮਤਲਬ ਕਿ ਸਾਡਾ ਕਿਸੇ ਵੀ ਚੀਜ਼ ਦਾ ਕੋਈ ਪ੍ਰਾਈਸ ਟਾਰਗੇਟ ਹੁੰਦਾ ਸਾਨੂੰ ਇਦਾਂ ਲੱਗਦਾ ਕਿ ਜੇ ਉਸ ਪ੍ਰਾਈਸ ਤੱਕ ਇਹ ਚੀਜ਼ ਪਹੁੰਚ ਗਈ ਜਾਂ ਇਹਦੀ ਗੋਲਦੀ ਜਾਂ ਡਾਲਰ ਦੀ ਜਾਂ ਕਿਸੇ ਵੀ ਚੀਜ਼ ਦੀ ਵੈਲਿਊ ਉਸ ਲੈਵਲ 'ਤੇ ਪਹੁੰਚ ਗਈ ਉਸ ਤੋਂ ਬਾਅਦ ਇਹ ਬੁਲਿਸ਼ ਹੋ ਜਾਏਗਾ ਵੇਰਿਸ਼ ਹੋਏਗਾ ਸੋ ਉਸ ਟਾਈਪ ਦੇ ਆਰਡਰਸ ਨੂੰ ਅਸੀਂ ਬਾਇ ਲਿਮਿਟ ਸੈਲ ਲਿਮਿਟ ਬਾਇ ਸਟਾਪ ਜਾਂ ਸੈਲ ਸਟਾਪ ਦੇ ਚਾਰ ਤਰੀਕਿਆਂ ਦੇ ਨਾਲ ਡਿਵਾਈਡ ਕਰਦੇ ਤੁਹਾਨੂੰ ਐਗਜ਼ਾਮਪਲ ਦਿੰਨਾ ਆ ਆਰਡਰ ਦੀ ਐਕਚੁਅਲੀ ਆ ਇੱਕ ਐਗਜ਼ਾਮਪਲ ਆ ਸੋ ਜਦੋਂ ਆਪਾਂ ਮਾਰਕੀਟ ਆਰਡਰ ਪਲੇਸ ਕਰਦੇ ਆ ਰਾਈਟ ਜਦੋਂ ਅਸੀਂ ਉਹਦੀ ਜਿਹੜੀ ਫੋਰ ਐਗਜ਼ਾਮਪਲ ਜਿਹੜੀ ਯੂਰੋ ਯੂਐਸਟੀ ਦੀ ਕਰੰਟ ਪ੍ਰਾਈਸ ਜਿਹੜੀ ਆ 1.2140 ਆ ਠੀਕ ਆ ਤੇ ਜਿਹੜੀ ਆਸਕ ਪ੍ਰਾਈਸ ਆ ਉਹ ਹੈਗੀ ਆ 1.2142 ਜੇ ਤੁਸੀਂ ਪਹਿਲੀਆਂ ਵੀਡੀਓ ਦੇਖੀ ਹੋਊਗੀ ਤੁਹਾਨੂੰ ਪਤਾ ਲੱਜੂਗਾ ਕਰੰਟ ਪ੍ਰਾਈਸ ਤੇ ਆਸਕ ਪ੍ਰਾਈਸ ਦੇ ਵਿੱਚ ਕੀ ਫਰਕ ਹੁੰਦਾ ਸੋ ਇਹਦੇ ਵਿੱਚ 2 ਪਿਪਸ ਦਾ ਡਿਫਰੈਂਸ ਆ 40 ਐਂਡ 42 ਜਦੋਂ ਅਸੀਂ ਸੈਲ ਆਰਡਰ ਟ੍ਰਿਗਰ ਕਰਨਾ ਮੀਨਸ ਮਾਰਕੀਟ ਆਰਡਰ ਦੇ ਵਿੱਚ ਸਿਰਫ ਦੋ ਤਰ੍ਹਾਂ ਦੇ ਆਰਡਰ ਹੁੰਦੇ ਬਾਏ ਜਾਂ ਸੈਲ ਜਦੋਂ ਅਸੀਂ ਸੈਲ ਕਰਨਾ ਹੈ ਸਾਨੂੰ बॉਟਮ ਪ੍ਰਾਈਸ ਮੈਣੀ ਹੈ 1.2142 ਜਦੋਂ ਅਸੀਂ ਬਾਏ ਕਰਨਾ ਸਾਨੂੰ ਟਾਪ ਪ੍ਰਾਈਸ ਮੈਣੀ ਹੈ 1.2140 ਸੋ ਇਹ ਹੁੰਦੇ ਦੋ ਤਰ੍ਹਾਂ ਦੇ ਆਰਡਰ ਬਾਏ ਕਰਨਾ ਹੈ ਜਦੋਂ ਸਾਨੂੰ ਪਤਾ ਹੈ ਕਿ ਯੂਰੋ ਜਿਹੜਾ ਹੈ ਉਹ ਸਟਰੋਂਗ ਹੋ ਰਿਹਾ ਹੈ ਸੈਲ ਕਰਨਾ ਜਦੋਂ ਸਾਨੂੰ ਪਤਾ ਕਿ ਯੂਰੋ ਵੀਕ ਹੋ ਰਿਹਾ ਹੈ ਸੋ ਇਹ ਜਿਹੜਾ ਬਾਇ ਐਂਡ ਸੈਲ ਦਾ ਆਰਡਰ ਆ ਅਸੀਂ ਐਵਰੀ ਡੇ ਰੋਜ਼ ਇਹਨੂੰ ਪਰਫਾਰਮ ਕਰਦੇ ਆ ਜਦੋਂ ਤੁਸੀਂ ਮੈਨੂਅਲੀ ਆਪਣੇ ਕੰਪਿਊਟਰ ਤੇ ਬੈਠ ਕੇ ਟਰੇਡਿੰਗ ਸ਼ੁਰੂ ਕਰਦੇ ਆ ਸਵੇਰ ਨੂੰ ਦੇ ਸਵੇਰ ਦੇ ਸੈਸ਼ਨਸ ਜਾਂ ਈਵਨਿੰਗ ਦੇ ਸੈਸ਼ਨ ਜਾਂ ਆਫਟਰਨੂਨ ਦੇ ਸੈਸ਼ਨ ਬਟ ਇਹਨੂੰ ਇਸੇ ਸੇਮ ਤਰੀਕੇ ਨਾਲ ਅਸੀਂ ਆਟੋਮੇਟ ਵੀ ਕਰ ਸਕਦੇ ਹਾਂ ਜਦੋਂ ਸਾਨੂੰ ਪਤਾ ਹੁੰਦਾ ਕਿ ਸਾਡੇ ਪ੍ਰਾਈਸ ਟਾਰਗੇਟਸ ਆ ਆ ਇਸ ਪ੍ਰਾਈਸ ਟਾਰਗੇਟ ਤੇ ਰੀਚ ਕਰਨ ਤੋਂ ਬਾਅਦ ਕੋਈ ਵੀ ਜਿਹੜਾ ਕਾਇਨ ਹੈ ਜਾਂ ਕਮੋਡਿਟੀ ਆ ਉਹ ਬੁਲਿਸ਼ ਜਾਂ 베어ਿਸ਼ ਹੋਏਗੀ ਸੋ ਉਹ ਆਰਡਰ ਕਿੱਦਾਂ ਹੁੰਦੇ ਆ ਉਹਦੇ ਚ ਹੁੰਦਾ ਹੈ ਲਿਮਟ ਆਰਡਰ ਜਿਹੜਾ ਸਾਰਿਆਂ ਨਾਲ ਪਹਿਲਾਂ ਅਸੀਂ ਲਿਮਟ ਆਰਡਰ ਦੀ ਗੱਲ ਕਰਦੇ ਆਂ ਸੋ ਜਿਹੜੇ ਲਿਮਟ ਆਰਡਰ ਨਾਰਮਲੀ ਹੁੰਦਾ ਹੈ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਇਹਨੂੰ ਬਿਲੋ ਮਾਰਕੀਟ ਬਾਏ ਕਰਦੇ ਆ ਮੀਨਸ ਕਿ ਸਾ ਜਿਹੜੀ ਕਰੰਟ ਮਾਰਕੀਟ ਪ੍ਰਾਈਸ ਹੈ ਅਸੀਂ ਉਹ ਪ੍ਰਾਈਸ ਡ੍ਰੌਪ ਹੋਈ ਤੇ ਇਹਨੂੰ ਬਾਏ ਕਰਨਾ ਤਾਂ ਕਿ ਸਾਨੂੰ ਪਤਾ ਕਿ ਉਹ ਡ੍ਰੌਪ ਪ੍ਰਾਈਸ ਟੱਚ ਕਰਨ ਤੋਂ ਬਾਅਦ ਇਹ ਉੱਪਰ ਆ ਜਾਏਗਾ ਤੇ ਜਾਂ ਉਹਨੂੰ ਕਹਿੰਦੇ ਹੁੰਦੇ ਸੈਲ ਅਬਵ ਦਾ ਮਾਰਕੀਟ ਪ੍ਰਾਈਸ ਜਾਂ ਜੇਸ ਪ੍ਰਾਈਸ ਲੈਵਲ ਤੇ ਕੋਈ ਵੀ ਉਹ ਕਮੋਡਿਟੀ ਜਾਂ ਕਰੰਸੀ ਹੈਗੀ ਆ ਅਸੀਂ ਉਹਨੂੰ ਸੈਲ ਕਰਨਾ ਪਰ ਉਹਨੂੰ ਥੋੜਾ ਪ੍ਰਾਈਸ ਉੱਪਰ ਗਈ ਤੇ ਸੈਲ ਕਰਨਾ ਸੋ ਜੇ ਆਪਾਂ ਆ ਦੇਖੀਏ ਤਾਂ ਹੁਣ ਜੇ ਪ੍ਰਾਈਸ ਆ ਆਹ ਇੱਥੇ ਪ੍ਰਾਈਸ ਹੈ ਆਪ ਜਿੱਥੇ ਬਲੂ ਡਾਟ ਹੈ ਠੀਕ ਹੈ ਸੋ ਅਸੀਂ ਇਹਨੂੰ ਬਾਏ ਕਰਨਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਡਾਲਰ ਹੈ ਥੋੜਾ ਜਿਹਾ ਹੋਰ ਥੱਲੇ ਚੱਲ ਜਵੇ ਜਾਂ 골ਡ ਜਿਹੜਾ ਹੋਰ ਥੱਲੇ ਚੱਲ ਜਵੇ ਅਸੀਂ ਉੱਥੇ ਜਾ ਕੇ ਬਾਏ ਕਰਨਾ ਹੈ ਸੋ ਉਹਨੂੰ ਕਹਿੰਦੇ ਅਸੀਂ ਬਾਏ ਲਿਮਿਟ ਆਰਡਰ ਪਲੇਸ ਕੀਤਾ ਆ ਸੋ ਜਦੋਂ ਬਾਏ ਲਿਮਿਟ ਆਰਡਰ ਉਸ ਟਾਰਗੇਟ ਤੇ ਪਹੁੰਚ ਗਿਆ ਸਾਨੂੰ ਉਸ ਉੱਥੇ ਆਪਣੇ ਆਪ ਹੀ ਆਰਡਰ ਟ੍ਰਿਗਰ ਹੋ ਜਾਏਗਾ ਜੇ ਤੁਹਾਡੇ ਅਕਾਊਂਟ ਦੇ ਵਿੱਚ ਇਨਫ ਮਨੀ ਹੈਗੀ ਆ ਸੈਲ ਲਿਮਿਟ ਹੁੰਦਾ ਆ ਸੈਲ ਲਿਮਿਟ ਜਿੱਦਾਂ ਤੁਹਾਡੀ ਕਰੰਟ ਪ੍ਰਾਈਸ ਬਲੂ ਡਾਟ ਤੇ ਆ ਪਰ ਸਾਨੂੰ ਇਹ ਪਤਾ ਕਿ ਇਹ ਡ੍ਰੌਪ ਹੋਏਗੀ ਪ੍ਰਾਈਸ ਇਹਦੀ ਪਰ ਹੱਲੇ ਥੋੜਾ ਜਿਹਾ ਉੱਪਰ ਜਾਏਗੀ ਸੋ ਜਦੋਂ ਪ੍ਰਾਈਸ ਉੱਪਰ ਜਾਂਦੀ ਤੁਸੀਂ ਟਾਰਗੇਟ ਰੱਖ ਦਿੰਦੇ ਆ ਕਿ 골ਡ ਇੰਨੀ ਪ੍ਰਾਈਸ ਤੇ ਜਾ ਕੇ ਫੇਰ ਡ੍ਰੌਪ ਕਰੇ ਥੈਨ ਇਟ ਵਿਲ ਬੀ ਆਟੋਮੈਟਿਕਲੀ ਟ੍ਰਿਗਰਡ ਸੋ ਇਹ ਨੂੰ ਹੁਣ ਕਹਿੰਦੇ ਆ ਬਾਇ ਲਿਮਿਟ ਤੇ ਸੈਲ ਲਿਮਿਟ ਆਰਡਰਸ ਦੂਜਾ ਤਰੀਕਾ ਹੁੰਦਾ ਬਾਇ ਸਟਾਪ ਤੇ ਸੈਲ ਸਟਾਪ ਬਾਇ ਸਟਾਪ ਤੇ ਸੈਲ ਸਟਾਪ ਦਾ ਮਤਲਬ ਡਿਫਰੈਂਸ ਕੀ ਹੁੰਦਾ ਆ ਜਦੋਂ ਉਹਨੂੰ ਅਬਵ ਮਾਰਕੀਟ ਪ੍ਰਾਈਸ ਆ ਤੇ ਉਸ ਉਸ ਆਰਡਰ ਤੋਂ ਬਾਅਦ ਉਹਦੀ ਪ੍ਰਾਈਸ ਜਿਹੜੀ ਆ ਉੱਪਰ ਜਾਂਦੀ ਰਹਿੰਦੀ ਆ ਸੋ ਜਦੋਂ ਕਈ ਵਾਰ ਹੁੰਦਾ ਕਿ ਸਾਨੂੰ 골ਡ 1750 ਤੇੜਿਆ ਹੋਇਆ ਸਾਨੂੰ ਇਹ ਲੱਗਦਾ ਕਿ ਜੇ 골ਡ 70 60 ਕ੍ਰਾਸ ਕਰ ਗਿਆ ਮੀਨਸ ਉਸ ਤੋਂ ਬਾਅਦ ਬੁਲਿਸ਼ ਟ੍ਰੈਂਡ ਆਏਗਾ ਤਾਂ ਅਸੀਂ ਕੀ ਕਰਾਂਗੇ ਅਸੀਂ ਬਾਇ ਸਟਾਪ ਆਰਡਰ ਪਲੇਸ ਕਰ ਦਿਆਂਗੇ ਕਿ ਜਦੋਂ 76 1760 ਤੇ 골ਡ ਜਾਏਗਾ ਤੇ ਇਹ ਬਾਇ ਟ੍ਰਿਗਰ ਹੋ ਜਵੇ ਸੋ ਦੈਟਸ ਵਾਟ ਹੈਪਨ ਸੋ ਇਸ ਪ੍ਰਾਈਸ ਤੋਂ ਜਦੋਂ 골ਡ ਥੋੜਾ ਉੱਪਰ ਗਿਆ ਹੁਣ ਪਤ ਲੱਗ ਗਿਆ ਕਿ ਮੋਮੈਂਟਮ ਬਣ ਗਿਆ ਸੋ ਜਦੋਂ ਅਸੀਂ ਵੋਲੈਟਿਲਟੀ ਜਦੋਂ ਹੁੰਦੀ ਆ ਜਾਂ ਜਦੋਂ ਇਕਨੋਮਿਕ ਕੈਲੰਡਰ ਦੀ ਰਿਲੀਜ਼ ਹੁੰਦੀ ਆ ਉਦੋਂ ਅਸੀਂ ਇਹਨਾਂ ਆਰਡਰਸ ਦਾ ਬਹੁਤ ਯੂਜ਼ ਕਰਦੇ ਆ ਸਾਨੂੰ ਇਹ ਪਤਾ ਹੁੰਦਾ ਕਿ ਬਾਇ ਸਟਾਪ ਜਾਂ ਬਾਇ ਬਾਇ ਲਿਮਿਟ ਆਰਡਰ ਕਿੱਦਾਂ ਪਲੇਸ ਕਰਨੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਪ੍ਰਾਈਸ ਲੈਵਲ ਉੱਪਰ ਚਲੇ ਗਿਆ ਤਾਂ ਉਸ ਤੋਂ ਬਾਅਦ ਬੁਲਿਸ਼ ਹੋਣਾ ਹੈ ਸਾਨੂੰ ਪਤਾ ਉਹ ਆਰਡਰ ਟ੍ਰਿਗਰ ਹੋ ਗਿਆ ਦੈਨ ਇਟ ਵਿਲ ਬੀ ਕੈਰੀ ਆਨ ਗoing ਅਪ ਸੈਲ ਸਟਾਪ ਕੰਪਲੀਟਲੀ ਆਪੋਜ਼ਿਟ ਹੁੰਦਾ ਹੈ ਜਦੋਂ ਆਰਡਰ ਜਦੋਂ ਪ੍ਰਾਈਸ ਲੈਵਲ 1750 ਤੇ ਆ ਪਰ ਸਾਨੂੰ ਲੱਗਦਾ ਕਿ 골ਡ ਜੇ 1740 ਤੇ ਚਲ ਗਿਆ ਤਾਂ ਇਸ ਤੋਂ ਬਾਅਦ ਥੱਲੇ ਡਿੱਗੀ ਜਾਣਾ ਹੈ ਸੋ ਅਸੀਂ 골ਡ ਦਾ ਆਰਡਰ 1740 ਤੇ ਪਲੇਸ ਕਰ ਦਿੱਤਾ ਹੈ ਸੈਲ ਸਟਾਪ ਤੇ ਹੁਣ ਉਹ ਜਦੋਂ ਪ੍ਰਾਈਸ ਥੱਲੇ ਚਲੀ ਗਈ ਅਸੀਂ ਚਾਹੇ ਕੰਪਿਊਟਰ ਤੇ ਹੋਈਏ ਜਾਂ ਨਾ ਹੋਈਓ ਆਪਣੇ ਆਪ ਇਸ ਲੈਵਲ ਤੇ ਜਾ ਕੇ ਆਰਡਰ ਟ੍ਰਿਗਰ ਹੋ ਜਾਣਾ ਤੇ ਉਹ ਜਿਹੜਾ ਸੈਲ ਸਟਾਪ ਆ ਉਹਨੇ ਸਾਨੂੰ ਜਿੰਨਾ ਵੀ ਜੇ ਉਹਦੇ ਵਿੱਚ 베어ਿਸ਼ ਮੋਮੈਂਟਮ ਆਇਆ ਤਾਂ ਇਟ ਇਸ ਗੋਇੰ ਟੂ ਕੈਰੀ ਆਨ ਮੇਕਿੰਗ ਮਨੀ ਸਾਡੇ ਲਈ ਉਹਨੇ ਪੈਸੇ ਬਣਾਈ ਜਾਣੇ ਆ ਸੋ ਇਹ ਚਾਰ ਤਰ੍ਹਾਂ ਦੇ ਜਿਹੜੇ ਹੁੰਦੇ ਆ ਆਰਡਰ ਹੁੰਦੇ ਆ ਜਿਹਨੂੰ ਅਸੀਂ ਮਾਰਕੀਟ ਬੰਦ ਹੋਣ ਤੇ ਵੀ ਪਲੇਸ ਕਰ ਸਕਦੇ ਆ ਜਾਂ ਅਸੀਂ ਜਦੋਂ ਜਦੋਂ ਅਸੀਂ ਮੰਨ ਲਓ ਕਿ ਕੰਪਿਊਟਰ ਦੇ ਉੱਤੇ ਨਹੀਂ ਹੈਗੇ ਥੋੜੀ ਦੇਰ ਲਈ ਜਾਂ ਸਾਨੂੰ ਪਤਾ ਕਿ ਅਸੀਂ ਅੱਜ ਆਪਣਾ ਧਿਆਨ ਨਹੀਂ ਦੇ ਸਕਦੇ ਮਾਰਕੀਟ ਦੇ ਉੱਤੇ ਤਾਂ ਉਦੋਂ ਅਸੀਂ ਇਹ ਆਰਡਰ ਯੂਜ਼ ਕਰਦੇ ਆ ਸੋ ਜੇ ਮੈਂ ਸਹੀ ਤਰੀਕੇ ਨਾਲ ਸਮਝਾਵਾਂ ਸੋ ਦੇ ਜੀਗੋ ਸੋ ਚੇਤੇ ਰੱਖਿਓ ਬਾਇ ਸਟਾਪ ਇਹ ਜਿਹੜੇ ਆ ਆਰਡਰ ਆ ਬਾਇ ਸਟਾਪ ਹੁੰਦਾ ਹੈ ਜਦੋਂ ਅਬਵ ਪ੍ਰਾਈਸ ਹੁੰਦੀ ਹੈ ਤੇ ਪ੍ਰਾਈਸ ਨੇ ਉੱਪਰ ਜਾਈ ਜਾਣਾ ਸੈਲ ਸਟਾਪ ਹੁੰਦਾ ਹੈ ਜਦੋਂ ਇਹ ਬਲੋ ਪ੍ਰਾਈਸ ਹੁੰਦਾ ਤੇ ਪ੍ਰਾਈਸ ਨੇ ਥੱਲੇ ਡਿੱਗੀ ਜਾਣਾ ਆ ਬਾਇ ਲਿਮਿਟ ਹੁੰਦਾ ਆ ਜਦੋਂ ਪ੍ਰਾਈਸ ਨੇ ਥੱਲੇ ਜਾਣਾ ਆ ਪਰ ਉਦੋਂ ਬਾਅਦ ਇਹਦੇ ਵਿੱਚ ਬੁਲਿਸ਼ ਮੋਮੈਂਟਮ ਆਏਗਾ ਤੇ ਸੈਲ ਲਿਮਿਟ ਆਰਡਰ ਹੁੰਦਾ ਜਦੋਂ ਪ੍ਰਾਈਸ ਨੇ ਉੱਪਰ ਜਾਣਾ ਪਰ ਉਦੋਂ ਬਾਅਦ ਇਹਦੇ ਵਿੱਚ ਬੈਅਰਿਸ਼ ਮੋਮੈਂਟਮ ਆਏਗਾ ਸੋ ਇਹ ਬਹੁਤ ਤਰੀਕੇ ਨਾਲ ਇਹ ਚਾਰ ਆਰਡਰਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਜਿਹੜੇ ਕਰੰਟ ਮਾਰਕੀਟ ਆਰਡਰ ਆ ਉਹ ਤਾਂ ਈਜ਼ੀ ਆ ਬਾਏ ਜਾਂ ਸੈਲ ਹੁੰਦਾ ਆ ਪਰ ਜਿਹੜੇ ਇਹੇ ਆਰਡਰ ਹੁੰਦੇ ਆ ਇਹਨਾਂ ਨੂੰ ਬਹੁਤ ਸਹੀ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਇਹਦਾ ਦਾ ਬਹੁਤ ਜ਼ਿਆਦਾ ਤਰੀਕੇ ਨਾਲ ਯੂਜ਼ ਕਰਨਾ ਪੈਂਦਾ ਆ ਕਿਉਂਕਿ ਤੁਹਾਡੀ ਜਿਹੜੀ ਆਟੋਮੇਸ਼ਨ ਆ ਬਹੁਤ ਜ਼ਰੂਰੀ ਆ ਟਰੇਡਿੰਗ ਦੇ ਵਿੱਚ ਲਰਨ ਕਰਨੀ ਇਹਨਾਂ ਦੇ ਥਰੂ ਆਈ ਹੋਪ ਤੁਹਾਨੂੰ ਹੁਣ ਅੱਜ ਇਸ ਤਰੀਕੇ ਤੋਂ ਇਹਦੇ ਤੋਂ ਪਤਾ ਲੱਗੇਗਾ ਕਿ ਕਿੰਨੇ ਤਰ੍ਹਾਂ ਦੇ ਆਰਡਰਸ ਹੁੰਦੇ ਆ ਟ੍ਰੇਡਿੰਗ ਕਰਨ ਲਈ ਇਹ ਲੈਸਨ ਤੁਹਾਨੂੰ ਬਹੁਤ ਇੰਪੋਰਟੈਂਟ ਹੈ ਅੰਡਰਸਟੈਂਡ ਕਰਨਾ ਕਿ ਇਹ ਸਾਰੇ ਤਰ੍ਹਾਂ ਦੇ ਆਰਡਰ ਤੇ ਇਹਨਾਂ ਨੂੰ ਕਿੱਦਾਂ ਯੂਜ਼ ਕੀਤਾ ਜਾ ਸਕਦਾ ਹੈ ਸੋ ਹਮੇਸ਼ਾ ਯਾਦ ਰੱਖਣਾ ਕਿ ਮਾਰਕੀਟ ਆਰਡਰ ਉਹ ਹੁੰਦਾ ਜਿਹਦੇ ਤੁਸੀਂ ਲਾਈਵ ਟ੍ਰੇਡਿੰਗ ਕਰਦੇ ਵੇਲੇ ਬਾਏ ਜਾਂ ਸੇਲ ਕਰਦੇ ਆ ਤੇ ਪੈਂਡਿੰਗ ਆਰਡਰ ਉਹ ਹੁੰਦੇ ਆ ਜਿਹੜੇ ਅਸੀਂ ਆਟੋਮੇਸ਼ਨ ਤੇ ਲਾਏ ਹੁੰਦੇ ਇੱਕ ਸਰਟਨ ਪ੍ਰਾਈਸ ਰੀਚ ਕਰਨ ਤੋਂ ਬਾਅਦ ਉਹ ਸਾਡੇ ਲਈ ਬਾਏ ਕਰੇ ਜਾਂ ਸੇਲ ਕਰੇ ਉਹ ਉਹਨੂੰ ਅਸੀਂ ਪੈਂਡਿੰਗ ਆਰਡਰਸ ਕਿਆਦਰ ਨੇ ਆ ਤੇ ਉਹ ਪੈਂਡਿੰਗ ਆਰਡਰਸ ਬਹੁਤ ਧਿਆਨ ਦੇ ਨਾਲ ਲਰਨ ਕਰਨ ਦੀ ਲੋੜ ਹੈ ਜੇ ਤੁਹਾਨੂੰ ਅੰਡਰਸਟੈਂਡਿੰਗ ਹੋ ਗਿਆ ਇਹਦਾ ਫੰਡਾਮੈਂਟਲ ਪੈਂਡਿੰਗ ਆਰਡਰਸ ਦਾ ਤੁਸੀਂ ਕਈ ਵਾਰ ਤਾਂ ਹੁੰਦਾ ਕਿ ਤੁਹਾਡੇ ਤੁਸੀਂ ਸਾਰਾ ਦਿਨ ਬਾਹਰ ਗਏ ਆ ਤੁਹਾਡੇ ਆਰਡਰਸ ਜਿਹੜੇ ਆ ਆਟੋਮੈਟਿਕਲੀ ਟ੍ਰਿਗਰ ਹੋਣਗੇ ਆਟੋਮੈਟਿਕਲੀ ਕਲੋਜ਼